ਆਪਾਂ ਆਏ ਸੀ ਮਿੱਤਰ ਨੂੰ ਮਿਲਣ, ਨੋਨੀ ਬਾਈ। ਇਹ ਪਹਿਲਾਂ ਆਪਣੇ ਵਲੌਗ 'ਚ ਹੈਗਾ ਸੀ ਨੋਨੀ, ਸੈਕਿੰਡ ਟਾਈਮ ਆ ਰਿਹਾ ਇਹ। ਆਹ ਸਲੀਮਾ ਲੈ ਕੇ ਆਇਆ ਆਪਾਂ ਨੂੰ, ਇਹ ਇੱਥੇ ਇਹ ਚੱਲਿਆ ਹੁਣ ਇੱਧਰ ਨੂੰ, ਇੱਥੇ ਹੋਰ ਸਪਾ ਦੇਖ ਲਓ ਬਾਈ, ਆਹ ਸਪਾ ਇੰਟਰਨੈਸਿਟੀ ਦੇ ਵਿੱਚ ਠਰਕੀ ਉਹ ਤੁਹਾਡੇ ਲਈ ਸਪਾ ਬਹੁਤ ਹੈ ਇੱਥੇ। ਜਿਵੇਂ ਕਿੱਥੇ ਆ ਗਿਆ ਤੂੰ, ਮੈਨੂੰ ਲੱਗਦਾ ਤੂੰ ਚਾਈਨਾ ਲਿਆ ਮੈਨੂੰ ਯਾਰ। ਇਹ ਆ ਚਾਈਨਾ ਕਲਾਸ, ਉਹ ਗੱਡੀਆਂ ਧੋਤੀਆਂ ਪਈਆਂ ਓਏ, ਕੀ ਬਾਤ ਹੈ, ਚਮਕਾ ਗਿਆ। ਜਿੰਨਾ ਮਰਜ਼ੀ ਜ਼ੋਰ ਲਾ ਲਾ, ਸੋਹਣਾ ਤਾਂ ਤੂੰ ਬਣਨਾ, ਸੋਹਣਾ ਤਾਂ ਨਹੀਂ ਬਣਨਾ, ਛੱਡ ਵੇਟ ਘਟਾ ਲੈਣ ਦੇ, ਪਹਿਲਾਂ ਨਹੀਂ ਹੋਟਾਂ ਦੇਣਾ, ਮੈਂ ਸੋਹਣਾ ਸੀਗਾ ਆ ਜਿਹੜਾ ਕਹਿੰਦਾ ਨਹੀਂ ਵੇਟ ਨਹੀਂ, ਇੱਕ ਗੋਲੀ ਘਟ ਲੈਣ ਜਿਹੜੀ ਅੱਜ ਵਾਲੀ ਲੈਣ ਚੱਲੇ। ਚੱਲ ਠੀਕ ਹੈ ਤੇ ਵੈਲਕਮ ਆ ਜੀ ਤੁਹਾਡਾ ਸਾਡੇ ਵਲੌਗ ਦੇ ਵਿੱਚ। ਕਿਆ ਸਲੀਮੇ, ਪੂਲ ਚ ਨਹਾ ਲਏ ਆ, ਪੂਲ ਚ ਨਹਾਉਣ ਤੋਂ ਬਾਅਦ 2 ਘੰਟੇ ਨਾ ਗਧੇ ਵਾਂਗੂ ਲਿਟਣ ਤੋਂ ਬਾਅਦ ਮਜ਼ਾ ਆ ਜਾਂਦਾ, ਸਰੀਰ ਹੋ ਜਾਂਦਾ ਹਲਕਾ ਹਲਕਾ, ਸਰੀਰ ਢੱਡ ਖਾਲੀ ਜਮੀ ਹੈ ਨਾ, ਤੇ ਤੁਸੀਂ ਲਾਓ ਮਤਲਬ ਐਕਸਰਸਾਈਜ਼ ਥੋੜ੍ਹੀ ਜਿਹੀ, ਜਿੰਮ ਚ ਆਓ, ਰਨਿੰਗ ਕਰੋ। ਪੂਲ ਜ਼ਿਆਦਾ ਕਿਉਂ ਜਾਣ ਲੱਗ ਗਏ, ਜਿਮ ਤੇ ਜਾਣ ਨੂੰ ਨਾ ਵੀ ਹਾਰਡ ਵਰਕ ਥੋੜਾ ਜ਼ਿਆਦਾ ਕਰਨਾ ਪੈਂਦਾ ਵਾ, ਜੇ ਤੋਂ ਬੰਦਾ ਨਵਾਂ ਬੰਦਾ ਜਿਹੜਾ ਆਪਾਂ ਵੇਟ ਘਟਾਉਣਾ ਸਟਾਰਟ ਕਰਨਾ ਵਾ, ਬੰਦਾ ਭੱਜਦਾ ਵਾ ਥੋੜੇ ਦਿਨਾਂ ਬਾਅਦ ਹਟ ਜੂਗਾ, ਉਸ ਤੋਂ ਬੈਟਰ ਪਹਿਲਾਂ ਪੂਲ ਜਾਣਾ ਸਟਾਰਟ ਕਰ ਦਿਓ, ਸਟੈਮਿਨਾ ਥੋੜਾ ਬਣ ਜੂਗਾ। ਤੇ ਉਹ ਗੱਡੀਆਂ ਧੋਤੀਆਂ ਪਈਆਂ ਓਏ, ਕੀ ਬਾਤ ਹੈ, ਚਮਕਾ ਗਿਆ, ਦੋਨੇ ਚਮਕਾ ਗਿਆ, ਦੋਨੇ ਦੋਨੇ ਹੀ, ਇਹਨੂੰ ਕਹਿੰਦੇ ਗੱਲਬਾਤ ਹੈ। ਗਿੱਲੇ ਆਪਾਂ ਲਾਉਣੀ ਨਹੀਂ, ਮੇਰੇ ਪਾਸੇ ਸੁੱਕਾ ਪਾਸਾ ਆਹਦੇ ਅੰਦਰ ਵੜ ਜਾਣਾ, ਠੀਕ ਆ। ਵਾਈਪਰ ਡਾਊਨ ਕਰ ਦੇ, ਇਹ ਨਿਸ਼ਾਨੀ ਹੁੰਦੀ ਆ ਵੀ ਧੋ ਗਿਆ, ਜਿੰਨਾ ਆਪਾਂ ਨੂੰ ਖਲਾਰਾ ਪਾ ਕੇ ਜਾਂਦਾ ਪਤਾ ਤਾਂ ਦੂਰ ਹੀ ਲੱਗ ਜਾਂਦਾ ਵੀ ਧੋ ਕੇ ਗਿਆ, ਸੁੱਕਿਆ। ਚੱਲ ਬਈ ਅੰਦਰ ਵੜੀਏ, ਕਰੀਏ ਬਿਸਮਿਲਲਾ। ਜਦੋਂ ਪੈਸੇ ਦੇਣੇ ਆ ਤੇ ਵਲੌਗ ਅਪਲੋਡ ਕਰਤਾ, ਜਾ ਕੇ ਥੋੜਾ ਪਿਆਰ ਮੁਹੱਬਤ ਉਧਰ ਵੀ ਦੇ ਦਿਓ, ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਜਿਹੜੇ ਨਵੇਂ ਆ, ਤੇ ਸ਼ੇਅਰ ਅਗਰ ਕਰਨਾ ਕਰ ਦਿਓ, ਸ਼ੇਅਰ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਨਾ, ਕੋਈ ਸ਼ੇਅਰ ਤਾਂ ਸੁੱਖ ਕਰਦਾ ਨਹੀਂ ਹੁੰਦਾ, ਤੁਸੀਂ ਦੇਖ ਹੀ ਲਿਓ, ਤੁਸੀਂ ਦੇਖ ਹੀ ਲਿਓ, ਬੜੀ ਮਿਹਰਬਾਨੀ। ਤੇ ਹੁਣ ਆਪਾਂ ਚੱਲਿਆ ਥੋੜਾ ਕੰਮ, ਇਹਨੇ ਆਪਦੇ ਦੋਸਤ ਕੋਲੋਂ ਕੋਈ ਮੈਡੀਸਨ ਵਗੈਰਾ ਚੱਕਣੀ ਸੀਗੀ, ਇੱਕ ਮੈਡੀਸਨ ਖਾਂਦਾ, ਉਹ ਵੀ ਵਿਸਥਾਰ ਪੂਰਵਕ ਗੱਲ ਕਰਾਂਗੇ, ਕੋਈ ਲੁਕਾਉਣ ਵਾਲੀ ਸਾਡੇ 'ਚ ਕੋਈ ਉਹ ਗੱਲ ਹੈ ਨਹੀਂ ਵੀ, ਹੈ ਨਾ ਵੀ ਇੱਦਾਂ ਹੁੰਦਾ, ਥੋੜ੍ਹੇ ਕੁ ਦਿਨ ਆ ਉਦੋਂ ਬਾਅਦ 'ਚ ਉਹ ਵੀ ਛੁੱਟੀ ਆਉਣੀ ਆ। ਅਤੇ ਦਿਖਾਉਣਾ ਤੁਹਾਨੂੰ ਬਾਹਰਲਾ ਮਾਹੌਲ ਆ ਕਿੱਦਾਂ, ਫਿਰ ਸ਼ਾਮ ਦੇ ਟਾਈਮ ਨਹੀਂ ਦੱਸਣਾ, ਸੀਕ੍ਰੇਟ ਕਿਸੇ ਨੂੰ ਨਹੀਂ ਪਤਾ, ਔਰ ਨਾਲੇ ਬੁਗੜੀ ਵਾਲੀ ਰੀਲ ਦੱਸ ਦਿਓ, ਇੱਕ ਰੀਲ ਹੋਰ ਆ ਰਹੀ ਆ ਆਪਾਂ ਉਹ ਪਾ ਦੇਣੀ ਆ, ਤੁਹਾਨੂੰ ਗਰੰਟਡ ਤੁਹਾਨੂੰ ਵਧੀਆ ਲੱਗੂਗੀ, ਕਿਉਂ ਬਈ ਵਧੀਆ ਆਪਣੇ ਵਾਲਿਆਂ ਨੂੰ ਤਾਂ ਲੱਗ ਹੀ ਜਾਂਦੀ ਜਿਹੜੇ ਆਪਣੇ ਨਾਲ ਦੇ, ਉਹ ਬੰਦਾ ਬੈਠਾ ਸਾਡਾ ਜਿਹੜਾ ਗੱਡੀ ਧੋਂਦਾ। ਚੱਲ ਵੀ ਸਲੀਮੇ ਖਿੱਚ ਦੇ, ਸਲੀਮੇ ਕਿੱਥੇ ਆ ਗਿਆ ਤੂੰ, ਮੈਨੂੰ ਲੱਗਦਾ ਤੂੰ ਚਾਈਨਾ ਲਿਆ ਮੈਨੂੰ ਯਾਰ। ਇਹ ਆ ਚਾਈਨਾ ਕਲਸਟਰ, ਚਾਈਨਾ ਕਲਸਟਰ ਤੋਂ ਆਇਆ ਆਪਾਂ, ਚਾਈਨਾ ਕਲਸਟਰ, ਹਾਂ ਇਹ ਸਾਡੀ ਹੈਗੀ ਇੰਟਰਨੈਸ਼ਨਲ ਸਿਟੀ, ਅਸੀਂ ਜਾਣਾ ਹੁਣ ਇਹਦੇ ਵਿੱਚ ਫਰਾਂਸ ਦੇ ਵਿੱਚ, ਇੰਗਲੈਂਡ ਇੱਧਰ ਰਹਿ ਗਿਆ, ਇੱਧਰ ਵੀ ਆ ਚਾਈਨਾ, ਆ ਇੱਧਰਲੀ ਸਾਈਡ ਇੰਗਲੈਂਡ ਰਹਿ ਗਿਆ, ਆਪਾਂ ਜਾ ਰਹੇ ਹਾਂ ਫਰਾਂਸ, ਇੱਧਰ ਚਾਈਨਾ ਵਾ, ਪੂਰਾ ਵਰਲਡ ਇੱਥੇ ਵਸਾਇਆ ਹੋਇਆ। ਉਹ ਬੰਦ ਕਰ ਸ਼ੀਸ਼ਾ, ਫਿਰ ਆਵਾਜ਼ ਦੇ। ਇੰਟਰਨੈਸ਼ਨਲ ਸਿਟੀ ਡਿਵਾਈਡ ਕੀਤਾ ਹੋਇਆ ਕੰਟਰੀਆਂ ਦੇ ਨਾਂ ਨਾਲ, ਹੁਣ ਆਪਾਂ ਚਾਈਨਾ ਜਾਂ, ਹਾਂ
ਆ ਇੱਧਰ ਹੀ ਸਰ ਚਾਈਨਾ ਵਾ ਚੱਲੇ ਹੁਣ ਅਸੀਂ ਫਰਾਂਸ ਨੂੰ ਆਪਾਂ ਚੱਲੇ ਹਾਂ ਫਰਾਂਸ ਫਰਾਂਸੀ ਆ ਚੱਕ ਫਰਾਂਸੋ ਫਰਾਂਸੀ ਫਰਾਂਸ ਫਰਾਂਸੀ ਫਰਾਂਸ ਫਰਾਂਸੀ ਫਰਾਂਸ ਫਰਾਂਸੀ ਸਸਤੀ ਆ ਫਰਾਂਸੀ ਸਸਤੀ ਆ ਔਰ ਇੰਟਰਨੈਟ ਸਿਟੀ ਦੇ ਵਿੱਚ ਠਰਕੀ ਉਹ ਤੁਹਾਡੇ ਲਈ ਸਪਾ ਬਹੁਤ ਆ ਇੱਥੇ ਬਹੁਤ ਮਸਾਜ ਸੈਂਟਰ ਬਹੁਤ ਆ ਇੱਥੇ ਬਹੁਤ ਮਸਾਜ ਸੈਂਟਰ ਆ ਨੇਰੇ ਚ ਬਣ ਗਈਆਂ ਹੁਣ ਆਪਾਂ ਜਾਕੀ ਦੇ ਹੱਥ ਸ਼ੀਸ਼ੇ ਤੇ ਫਰਾਂਸ ਕਲਸਟਰ ਦੀ ਐਂਟਰੀ ਆ ਉਹ ਜਿਹੜਾ ਪੀ ਲਿਖਿਆ ਨਾ ਉੱਥੇ ਇਹਦਾ ਮਤਲਬ ਬਾਈ ਮੈਂ ਆ ਗਿਆ ਉੱਥੇ ਉਹ ਜਿਹੜਾ ਮਾਡਰਨ ਲੱਗਾ ਵਾ ਸੋਲਾਂ ਵਾਲੇ ਨੂੰ ਪੀ ਸੋਲਾਂ ਮਾਡਰਨ ਲੱਗਾ ਵਾ ਇੱਥੇ ਕਿਹੜੀ ਸਾਈਡ 'ਤੇ ਮੈਂ ਆਉਣਾ ਹੁੰਦਾ ਇੱਕ ਮਿੰਟ ਉਹ ਲਿਖਿਆ ਫਰਾਂਸ P3 ਅਤੇ ਆਪਾਂ ਕਿੱਥੇ ਜਾਣਾ ਸਲੀਮ ਆਪਾਂ ਫਰਾਂਸ 16 ਇੱਥੇ ਤੁਹਾਨੂੰ ਚਾਈਨੀਜ਼ ਬਾਹਲੇ ਦੇਖਣਗੇ ਬਾਹਲੇ ਪਿੱਛੇ ਚਾਈਨੀਜ਼ ਰਹਿੰਦੇ ਆ ਚੀਨੀ ਹਾਂਜੀ ਓਕੇ P16 ਐਂ ਰਸ਼ ਪੈਂਦਾ ਫਿਰ ਚੱਤੇ ਜਾਮ ਹੋਏ ਫਿਰਦੇ ਇੱਥੇ ਤਾਂ ਚੱਤੇ ਤੇ ਚੱਤਾ ਚੜਿਆ ਪਿਆ ਮਤਲਬ ਚੱਕੇ ਤੇ ਚੱਕਾ ਚੜਿਆ ਪਿਆ ਪੋਤੋ ਸਟੂਡੀਓ ਬਾਈ ਪੋਤੋ ਸਟੂਡੀਓ ਬੜੇ ਟਾਈਮ ਬਾਅਦ ਦੇਖਿਆ ਸਟੂਡੀਓ ਫੋਟੋ ਦੇ ਇੱਥੇ ਤਾਂ ਮਿਲੂ ਤੈਨੂੰ ਸਾਰਾ ਕੁਝ ਹੀ ਹਾਂ ਇਹ ਬਹੁਤ ਈਜ਼ੀ ਆ ਬਾਈ ਹੋਰ ਸਪਾ ਦੇਖ ਲਓ ਬਾਈ ਆਹ ਸਪਾ ਅੱਗੇ ਵੀ ਮੈਂ ਜਾਂਦਾ ਦੂਜੀ ਹਰ ਬਿਲਡਿੰਗ 'ਚ ਮਿਲੂ ਤੁਹਾਨੂੰ ਹਰ ਬਿਲਡਿੰਗ 'ਚ ਬਿਲਡਿੰਗ ਹਲੇ ਨੇੜੇ ਨੇੜੇ ਨੇ ਵੀਦਾ ਹੋਟਲ ਬਹੁਤ ਵੱਡਾ ਵਾ ਇਹਨਾਂ ਨੇ ਆਪਾਂ ਜਮਾ ਰੋਡ ਤੇ ਖੜਾ ਲਈ ਹਾਂ ਜਮਾ ਬੰਦ ਕਰ ਲਾ ਇਹਨੂੰ ਕਿਤੇ ਹੋਰ ਲਾ ਯਾਰ ਕਿਤੇ ਤੁਸੀਂ ਇਹਨਾਂ ਨੂੰ
ਉਧਰ ਵਧੀਆ ਨਹੀਂ ਲੱਗਿਆ ਗੱਲ ਨਹੀਂ ਬਣੀ ਹੁਣ ਚੱਲਿਆ ਇਧਰ ਇਹ ਉਹ ਵੇ ਅੱਛਾ ਮੇਰੀ ਗੱਲ ਸੁਣ ਮੈਂ ਝੂਠ ਤਾਂ ਨਹੀਂ ਬੋਲਦਾ ਅੱਛਾ ਇੱਧਰੋਂ ਗੱਲ ਨਹੀਂ ਬਣੀਗੀ ਇਹ ਆਹ ਚੀਜ਼ ਤੋਂ ਤੇ ਹੁਣ ਇਹ ਦੋਨੇ ਉੱਧਰ ਜਾ ਰਿਹਾ ਉੱਧਰ ਇਹ ਉਹ ਦੇਖੋ ਅਸੀਂ ਫੜ ਲਿਆ ਤਾਂ ਮੈਂ ਨਾਲ ਆਇਆ ਜੀ ਇਹਨਾਂ ਦੇ ਇਹ ਸਾਰੇ ਕਾਲੇ ਚਿੱਠੇ ਅੱਜ ਬਾਹਰ ਕਰ ਦੇਣੇ ਆ ਮਤਲਬ ਜੱਗ ਜ਼ਾਹਿਰ ਕਰ ਦੇਣਾ ਵੀ ਇਹ ਕਰਦੇ ਕੀ ਹੈ ਦੁਬਈ ਦੇ ਵਿੱਚ ਠੀਕ ਆ ਮੈਂ ਬਾਈ ਨੂੰ ਪੁੱਛ ਰਿਹਾ ਸੀ ਬਾਈ ਕਿਵੇਂ ਐਕਸਪੀਰੀਅੰਸ ਰਿਹਾ ਸਪਾ ਦਾ ਇਹ ਮੇਰਾ ਐਵੇਂ ਤਗਮੇ ਲਵਾ ਦੇਣੇ ਬਾਈ ਤੇ ਨਾ ਗੱਲ ਚੱਲੀਏ ਬਾਈ ਲੋ ਵੀ ਮਿੱਤਰੋ ਹੁਣ ਆਪਾਂ ਚੱਲਿਆ ਫਰਾਂਸ ਤੋਂ ਪਹਿਲਾਂ ਗਏ ਸੀ ਚਾਈਨਾ ਤੁਹਾਨੂੰ ਦਿਖਾਤਾ ਤੇ ਨਾਲ ਆਪਾਂ ਫਰਾਂਸ ਤੇ ਫਰਾਂਸ ਦੇ ਬਾਅਦ ਵਿੱਚ ਯਾਰ ਨੂੰ ਮਿਲ ਲਿਆ ਵੀਜ਼ੇ ਆਪਣੇ ਸਾਰੇ ਅੱਜ ਦਾ ਸੀਗਾ ਅੱਜ ਪੂਰਾ ਹੋ ਜਾਣਾ ਵਾ ਅਜਾਨ ਹੋ ਰਹੀ ਹੈ ਬਾਅਦ ਚ ਗੱਲ ਕਰਦੇ ਰਸ਼ ਬਹੁਤ ਅਸਲੀ ਮੇ ਹਨਾ ਬੜਾ ਰਸ਼ ਹੈ ਇੱਧਰ ਹਨਾ ਫੈਮਲੀਆਂ ਵੀ ਬੈਚਲਰ ਵੀ ਇੱਥੋਂ ਦਾ ਦੀਆਂ ਨਹੀਂ ਤੁਹਾਨੂੰ ਇੱਧਰੋਂ ਦੇਖੋ ਪੂਰਾ ਫੈਮਲੀਜ਼ ਬੈਚਲਰ ਜਾਂ ਤਾਂ ਇੱਥੇ ਅਕੋਮੋਡੇਸ਼ਨ ਉਹ ਹੋਣੀ ਆ ਸਸਤੀ ਨਹੀਂ ਇਹ ਨਾ ਮਿਡਲ ਆਫ ਦੁਬਈ ਪੈਂਦਾ ਤਾਂ ਇੱਥੋਂ ਨਿਕਲਣਾ ਚਾਰੇ ਪਾਸੇ ਨੂੰ ਸਹੀ ਆ ਤਾਂ ਬਸ ਟ੍ਰੈਫਿਕ ਬਹੁਤ ਮਿਲਦਾ ਸਵੇਰੇ ਇੱਥੇ ਤਾਂ ਕਰਕੇ ਲੋਕੀ ਇੱਥੇ ਰਹਿੰਦੇ ਆ ਥੋੜ੍ਹਾ ਦੂਜਿਆਂ ਨਾਲੋਂ ਸਸਤਾ ਵੀ ਆ ਇਹ ਹੈਗਾ ਇੰਟਰਨੈਸ਼ਨਲ ਸਿਟੀ ਚਲੋ ਜੀ ਹੁਣ ਤੁਹਾਨੂੰ ਮਿਲਦੇ ਅਸੀਂ ਆਨ ਦਾ ਵੇ ਆਹ ਰਸ਼ ਜਿਹਾ ਕੱਢ ਲਈਏ ਠੀਕ ਆ ਅਤੇ ਉੱਧਰ ਪੂਰਾ ਰਸ਼ ਆ ਇੱਧਰ ਬੰਦੇ ਮੈਂ ਬੁੜੀਆਂ ਲੱਗੇ ਹੋਏ ਨੇ ਅਗਲੇ ਕੰਮਾਂ ਧੰਦਾ ਤੋਂ ਆ ਕੇ ਗੇੜੇ ਛੇੜੇ ਕੱਢਣ ਚਾਈਨਾ ਵਾਲਿਆਂ ਨੇ ਹੱਥ ਕੀਤੀ ਆ ਦੋਸਤੋ ਇਹ ਪੂਰੀ ਇੰਟਰਨੈਸ਼ਨਲ ਸਿਟੀ ਆ ਇਹ ਜਿਹੜੀ ਆ ਤੁਹਾਨੂੰ ਦਿਖ ਰਹੀ ਆ ਗੱਡੀ 'ਚ ਉਹ ਪਿੱਛੇ ਤਾਂ ਹਾਂ ਤਾਂ ਇੱਧਰ ਨੂੰ ਲੈਣਾ ਉੱਧਰ ਨੂੰ ਬਹੁਤ ਵੱਡਾ ਏਰੀਆ ਇਹ ਆ ਕਿਉਂ ਸਲੀਮ ਉਹ ਦੇਖ ਡਰੈਗਨ ਮਾਰਟ ਵੀ ਇੱਥੇ ਆ ਲੇਕਿਨ ਜਿਹੜਾ ਚਾਈਨਾ ਵਾਲਿਆਂ ਨੇ ਹੋਲਡ ਮਾਰਿਆ ਹੋਇਆ ਸਲੀਮ ਚਾਈਨਾ ਬੜਾ ਕਰਦਾ ਹੁੰਦਾ ਜਿਹੜਾ ਚਾਈਨਾ ਵਾਲਿਆਂ ਨੇ ਹੋਲਡ ਕੀਤਾ ਅੱਛਾ ਇਹ ਜਿਹੜੇ ਇਹਨਾਂ ਦੇ ਸਾਈਨ ਬੋਰਡ ਨੇ ਉੱਪਰ ਦੁਕਾਨਾਂ ਵਾਲੇ ਉਹ ਵੀ ਚਾਈਨਾ ਹੀ ਸੀ ਨੇ ਜਮਾਂ ਹੀ ਅਰਬੀ ਲਿਖੀ ਨਹੀਂ ਹੋਈ ਅਰਬੀ ਲਿਖੀ ਨਹੀਂ ਹੈਗੀ ਤੇ ਚਾਈਨਾ ਲੈਂਗੁਏਜ ਆ ਧੱਕ ਦੇ ਕਿਵੇਂ ਪੈਂਦੀ ਆ ਫਿਰ ਇੱਥੇ ਚਾਈਨੀਜ਼ ਹੈ ਬਹੁਤ ਆ ਬਾਈ ਇੱਥੇ ਚਲੋ ਵੀ ਤੁਹਾਨੂੰ ਹੁਣ ਮਿਲਦੇ ਆ ਸਿੱਧਾ ਆਪਣੇ ਪਾਰਕਿੰਗ ਜ਼ੋਨ ਦੇ ਵਿੱਚ ਆ ਕੇ ਕਿਉਂ ਸਲੀਮ ਹਾਂ ਹੁਣ ਅੱਡਾ ਸਾਡਾ ਉਹੀ ਆ ਇੱਥੇ ਕੰਮ ਜਿਹੜੇ ਆਏ ਸੀ ਹੋ ਗਿਆ ਚਲ ਬਈ ਗੁੱਡ ਹੋ ਗਿਆ
ਹੋ ਗਿਆ ਸਮਾਨ ਆਇਆ ਇੰਡੀਆ ਤੋਂ ਇੰਡੀਆ ਤੋਂ ਆਇਆ ਕਾਲੇ ਲਿਫਾਫਿਆਂ ਦੇ ਵਿੱਚ ਆ ਕੁਛ ਜ਼ਹਿਰੀ ਸਮਾਨ ਆਇਆ ਲੱਗਦਾ ਹੈ ਇਹਦੇ ਵਿੱਚ ਹੈਗੀਆਂ ਇਹਦੀਆਂ ਦਵਾਈਆਂ ਅਤੇ ਇੱਕ ਡੱਬਾ ਆਇਆ ਹੈ ਨਾ ਸਲੀਮ ਬਰਫੀ ਵੀ ਆਈ ਆ ਬਰਫੀ ਵੀ ਆਈ ਹੈ ਨਾ ਇਹ ਨੋਨੀ ਵੱਲੀ ਅੱਛਾ ਨੋਨੀ ਨੇ ਦਿੱਤੀ ਆ ਉਹਨੂੰ ਆਈ ਹੋਣੀ ਆ ਉਹ 'ਚ ਦਿੱਤੀ ਉਹਨੂੰ ਆਪਾਂ ਨੂੰ ਤਾਂ ਇਕੱਲੇ ਆਹ ਦਵਾਈ ਖਾਨਾ ਯਾਰ ਦਵਾਈ ਹਾਂ ਇਹੀ ਦਵਾਈਆਂ ਨੇ ਮੋਟਾ ਕੀਤਾ ਕਿਉਂ ਉਦਾਂ ਦਾ ਮੈਂ ਫਿੱਟ ਹੁੰਦਾ ਸੀ ਹੁਣ ਵੀ ਹੋ ਜਾਏਗਾ ਫਿੱਟ ਐਡੀ ਕਿਹੜੀ ਗੱਲ ਆ ਸਾਲੀ ਉਹਦਾ ਗਿਆ ਵੀ ਨੇ ਢਿੱਡ ਵਿੱਚ ਗਿਆ 10 12 ਕਿਲੋ ਵੇਟ ਘਟ ਗਿਆ ਹੂੰ ਇਹੀ ਹੁੰਦਾ ਫਿੱਟ ਤੇ ਗੇੜਾ ਕੱਢ ਕੇ ਆਪਾਂ ਆ ਗਏ ਆ ਵਧੀਆ ਤਰੀਕੇ ਨਾਲ ਤੁਹਾਨੂੰ ਦਿਖਾਤਾ ਇੰਟਰਨੈਸ਼ਨਲ ਸਿਟੀ ਦਾ ਮਾਹੌਲ ਲੌਕ ਕਰ ਦਿਆ ਕਰ ਯਾਰ ਹਾਂ ਲੌਕ ਨਾ ਤੇ ਇੰਟਰਨੈਸ਼ਨਲ ਸਿਟੀ ਦਾ ਮਾਹੌਲ ਦਿਖਾਤਾ ਤੁਹਾਨੂੰ ਹੈ ਨਾ ਜੇ ਵਧੀਆ ਲੱਗਿਆ ਤਾਂ ਕਮੈਂਟ ਕਰ ਦਿਓ ਖੜਕੇ ਨਾ ਗੱਲਾਂ ਕਰੇ ਉਹ ਗੱਲਾਂ ਆਈ ਕਰਦੇ ਆ ਨੂੰ ਜਾਂ ਕੋਈ ਹੋਰ ਵੀ ਜਿਹੜੇ ਉੱਥੇ ਰਹਿੰਦੇ ਆ ਹਾਂ ਉਹ ਚਾਈਨਾ ਚਾਈਨਾ ਤੋਂ ਮੰਗਾ ਲਾ ਯਾਰ ਹਾਂ ਚਾਈਨਾ ਇੰਗਲੈਂਡ ਇੰਗਲੈਂਡ ਤੇ ਗਿਆ ਹੋਇਆ ਅੱਛਾ ਇੰਗਲੈਂਡ ਗਿਆ ਹੋਇਆ ਫਰਾਂਸ ਗਿਆ ਹੋਇਆ ਫਰਾਂਸ ਚਾਈਨਾ ਇਟਲੀ ਆਉਣਾ ਨੇ ਆਹ ਅਣਜਾਣ ਬੰਦੇ ਨੂੰ ਪਹਿਲੀ ਵਾਰ ਵਾਲੇ ਲੱਗੂਗਾ ਯਾਰ ਇੱਡੀ ਛੇਤੀ ਫਰਾਂਸ ਤੋਂ ਬੰਦਾ ਕੀ ਹੋਇਆ ਚਲੀਏ ਘਰ ਨੂੰ ਛੋਟਾ ਨਿੱਕੂ ਬਲੌਗ ਦੇ ਵੀਡੀਓ ਸਾਡਾ ਨਿੱਕੂ ਨੇ ਬਣਾਇਆ ਸਮਾਨ ਇੰਡੀਆ ਦਾ ਬਾਏ